ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ ਜੀ ਡੀ ਪੀ ਅਤੇ ਤੁਸੀਂ ਦੇਖਦੇ ਪਿਓ ਜੀ ਮੇਰਾ ਡੀ ਪੀ ਸੀ ਪੰਜਾਬੀ ਅਤੇ ਪੱਤਰਕਾਰ ਵਿੱਕੀ ਮਲਕ ਦੀ ਇਹ ਰਿਪੋਰਟ। ਤੁਹਾਨੂੰ ਦੱਸ ਦਈਏ ਕਿ ਬਟਾਲਾ ਦੇ ਵਿੱਚ ਕੱਲ੍ਹ 15 ਅਗਸਤ ਵਾਲੇ ਦਿਨ ਕਿਸਾਨਾਂ ਨੇ ਟਰੈਕਟਰ ਮਾਰਚ ਕਰ 15 ਅਗਸਤ ਬੜੇ ਹੀ ਵਧੀਆ ਤਰੀਕੇ ਦੇ ਨਾਲ ਮਨਾਈ। ਤੁਹਾਨੂੰ ਦੱਸ ਦਈਏ ਕਿ ਸਾਰੇ ਟਰੈਕਟਰਾਂ ਦੇ ਉੱਤੇ ਕਿਸਾਨੀ ਝੰਡਿਆਂ ਦੇ ਨਾਲ ਨਾਲ ਤਿਰੰਗੇ ਝੰਡੇ ਨੂੰ ਵੀ ਲਹਿਰਾਇਆ ਗਿਆ ਅਤੇ ਨਾਲ ਦੀ ਨਾਲ ਪੂਰੇ ਸ਼ਹਿਰ ਬਟਾਲਾ ਦਾ ਰਾਊਂਡ ਕੱਢਿਆ, ਜਿੱਥੇ ਕਿਸਾਨਾਂ ਨੇ ਆਪਣੇ ਤਰੀਕੇ ਦੇ ਨਾਲ ਟਰੈਕਟਰ ਮਾਰਚ ਕੱਢ 15 ਅਗਸਤ ਨੂੰ ਮਨਾਇਆ। ਉੱਥੇ ਹੀ ਕਿਸਾਨਾਂ ਨੇ ਆਪਣਾ ਰੋਸ ਵੀ ਜ਼ਾਹਿਰ ਕੀਤਾ। ਉਹਨਾਂ ਨੇ ਕਿਹਾ ਕਿ ਹਾਲੇ ਤੱਕ ਅਸੀਂ ਆਜ਼ਾਦ ਨਹੀਂ ਹਾਂ, ਅਸੀਂ ਅਜੇ ਵੀ ਪੂਰੀ ਤਰ੍ਹਾਂ ਗੁਲਾਮ ਹੈ, ਕਿਉਂਕਿ ਆਜ਼ਾਦ ਉਹ ਲੋਕ ਹੋਏ ਹਨ ਜਿਨ੍ਹਾਂ ਨੇ ਲੋਕਾਂ ਨਾਲ ਧੋਖੇ ਕੀਤੇ ਅਤੇ ਜਿਨ੍ਹਾਂ ਨੇ ਲੋਕਾਂ ਨੂੰ ਲੁੱਟਿਆ। ਜਿਹੜੇ ਲੁੱਟ ਰਹੇ ਨੇ ਉਹੀ ਆਜ਼ਾਦ ਨੇ, ਪਰ ਜਿਹੜੇ ਸਾਡੇ ਵਰਗੇ ਮਿਹਨਤ ਕਰ ਖਾਂਦੇ ਅਤੇ ਮਿਹਨਤ ਕਰਕੇ ਦੇਸ਼ ਨੂੰ ਪਾਲ ਵੀ ਰਹੇ ਨੇ, ਉਹਨਾਂ ਲੋਕਾਂ ਨੂੰ ਅਜੇ ਤੱਕ ਵੀ ਪੂਰੀ ਤਰ੍ਹਾਂ ਆਜ਼ਾਦੀ ਨਹੀਂ ਮਿਲੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਬਹੁਤ ਸਾਰੇ ਐਸੇ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਨੇ ਜਿਹੜੇ ਕਿ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਹਨ। ਉਹਨਾਂ ਨੇ ਕਿਹਾ ਕਿ ਇੱਕ ਐਸੇ ਕਾਨੂੰਨ ਜਿਹੜੇ ਆ ਰਹੇ ਨੇ ਇਹ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਤਾਂ ਕਿ ਆਮ ਜਨਤਾ ਦੇ ਉੱਤੇ ਬੋਝ ਨਾ ਪੈ ਸਕੇ। ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਇਹ ਵੀ ਗੱਲ ਕਹੀ ਕਿ ਜਿਹੜੇ ਲੋਕ ਬੋਲਦੇ ਨੇ, ਜਿਹੜੇ ਲੋਕ ਲਿਖਦੇ ਨੇ, ਉਹਨਾਂ ਦੇ ਖਿਲਾਫ਼ ਵੀ ਬਹੁਤ ਜ਼ਿਆਦਾ ਕਾਨੂੰਨ ਲਿਆਂਦੇ ਗਏ ਨੇ ਕਿ ਜੇਕਰ ਕੋਈ ਕਿਸੇ ਦੇ ਲਈ ਕੁਝ ਬੋਲੇਗਾ ਤਾਂ ਉਸ ਨੂੰ ਸਜ਼ਾ ਵੀ ਹੋ ਸਕਦੀ ਹੈ। ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਕਿਸਾਨਾਂ ਨੇ ਆਪਣੀ ਗੱਲਬਾਤ ਦੇ ਦੌਰਾਨ ਜ਼ਿਆਦਾਤਰ ਇਹੀ ਪ੍ਰਗਟਾ ਕੀਤਾ ਕਿ ਅਸੀਂ ਅਜੇ ਤੱਕ ਪੂਰੀ ਤਰ੍ਹਾਂ ਆਜ਼ਾਦ ਨਹੀਂ ਹਾਂ, ਭਾਵੇਂ ਕਿ ਭਾਰਤ ਆਜ਼ਾਦ ਹੋ ਚੁੱਕਾ ਆ, ਪਰ ਆਜ਼ਾਦੀ ਸਿਰਫ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਲੋਕ ਸਿਰਫ ਲੁੱਟਦੇ ਅਤੇ ਲੁੱਟ ਕੇ ਲੋਕਾਂ ਨੂੰ ਖਾਂਦੇ ਨੇ। ਇਹ ਆਜ਼ਾਦੀ ਸਿਰਫ ਚੋਰ ਲੁਟੇਰਿਆਂ ਅਤੇ ਡਾਕੂਆਂ ਦੇ ਲਈ ਹੈ, ਆਮ ਜਨਤਾ ਦੇ ਲਈ ਨਹੀਂ। ਨਾ ਹੀ ਆਮ ਜਨਤਾ ਅਜੇ ਤੱਕ ਪੂਰੀ ਤਰ੍ਹਾਂ ਆਜ਼ਾਦ ਹੋ ਪਾਈ ਹੈ। ਬਹੁਤ ਸਾਰੇ ਥਾਵਾਂ ਦੇ ਉੱਤੇ ਭਾਰਤ ਦੇ ਵਿੱਚ ਗਰੀਬ ਤਬਕੇ ਦੇ ਉੱਤੇ ਅਜੇ ਵੀ ਅਮੀਰ ਲੋਕ ਰਾਜ ਕਰਦੇ ਆ ਰਹੇ ਨੇ। ਆਓ ਦੇਖਦੇ ਹਾਂ ਇਹ ਸਾਰੀ ਰਿਪੋਰਟ ਜਦੋਂ ਕਿਸਾਨਾਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨਾਲ ਗੱਲਬਾਤ ਕਰਦੇ ਦੌਰਾਨ ਇਹ ਸਾਰੀਆਂ ਗੱਲਾਂ ਕਹੀਆਂ। ਦਾ ਮਕਸਦ ਹੈ ਕਿ ਸਾਡਾ ਦੇਸ਼ ਆਜ਼ਾਦ ਹੋਇਆ, ਸਾਡੇ ਪੂਰਜਾਂ ਨੇ ਆਜ਼ਾਦੀ ਲਈ ਆਪਣੀਆਂ ਕੁਰਬਾਨੀਆਂ ਦੇ ਕੇ, ਔਰ ਇਹਨਾਂ ਸਰਕਾਰਾਂ ਇਹਨਾਂ ਲੀਡਰਾਂ ਨੇ ਸਾਡੇ ਉਹਨਾਂ ਲੋਕਾਂ ਨੂੰ ਕੁੱਟਿਆ ਲੁੱਟਿਆ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆ। ਇਸ ਕਰਕੇ ਅੱਜ ਦਾ ਇੱਕ ਰੋਸ ਮਾਰਤੀ ਆ ਔਰ ਆਜ਼ਾਦੀ ਦਿਹਾੜਾ ਮਨਾ ਰਹੇ ਆ, ਔਰ ਪਲੱਸ ਨਵੇਂ ਫੌਜਦਾਰੀ ਕਾਨੂੰਨ ਆਏ ਆ ਜੋ ਸੰਵਿਧਾਨ ਸਾਨੂੰ ਹੱਕ ਦਿੰਦਾ ਵਾ, ਉਹ ਹੱਕਾਂ ਦਾ ਗਲਾ ਘੋਟਦੇ ਆ। ਅਸੀਂ ਸਰਕਾਰ ਤੇ ਮੰਗ ਕਰਦੇ ਕਿ ਇਹਨਾਂ ਕਾਨੂੰਨ ਰੱਦ ਕੀਤਾ ਜਾਵੇ ਜਾਂ ਇਹਨਾਂ ਕੋਲ ਜਿਹੜੇ ਸੋਧਾਂ ਨੇ ਕੀਤੇ ਜਾਣ, ਕਿਉਂਕਿ ਜਿਹੜੇ ਧਰਾਵਾਂ ਨੇ ਏਡੀਆਂ ਖਤਰਨਾਕ ਨੇ, ਤੁਸੀਂ ਬੋਲ ਨਹੀਂ ਸਕਦੇ, ਤੁਸੀਂ ਅੰਦੋਲਨ ਨਹੀਂ ਕਰ ਸਕਦੇ, ਤੁਸੀਂ ਕੋਈ ਲਿਖ ਨਹੀਂ ਸਕਦੇ, ਸਿੱਧਾ ਤੁਹਾਨੂੰ 5-5 ਸਾਲ ਜੇਲ੍ਹ 'ਚ ਪਾਤਾ ਜਾਊਗਾ, ਔਰ ਤੁਹਾਡੀ ਜੇ ਕੋਈ ਸ਼ਿਕਾਇਤ ਲੱਗ ਜਾਂਦੀ ਹੈ ਕਿਸੇ ਵੇਲੇ ਥਾਣੇ, ਐਸ ਐਚ ਓ ਨੂੰ ਪਾਵਰ ਦੇ ਦਿੱਤੀ ਕਿ 14 ਦਿਨ ਅਸੀਂ ਤੁਹਾਡੀ ਆਪਣੇ ਕੋਲ ਰੱਖ ਸਕਦਾ ਇੰਡਸਟਰੀ ਵਾਸਤੇ, ਔਰ ਇੱਕ ਐਕਸੀਕਿਊਟਿਵ ਮਜਿਸਟਰ ਨੂੰ ਪਾਵਰ ਦੇ ਦਿੱਤੀ 7 ਦਿਨ ਦਾ ਪੁੱਤਰ ਮਾਰ ਦੇਣ ਦੀ। ਬਿਲਕੁਲ, ਮੇਰਾ ਨਾਮ ਮੁਖਤਾਰ ਸਿੰਘ ਉਗਰੇਵਾਲ ਆ। ਆਜ਼ਾਦੀ ਦਿਵਸ ਆ, ਜਿੱਥੇ ਸਾਨੂੰ ਆਜ਼ਾਦੀ ਦਿਵਸ ਦੀ ਖੁਸ਼ੀ ਆ ਅਸੀਂ ਇਹ ਮਨਾ ਰਹੇ ਹਾਂ, ਉੱਥੇ ਅਸੀਂ ਰੋਸ ਵੀ ਕਰ ਰਹੇ ਹਾਂ ਤਾਂ ਕਿ ਆਜ਼ਾਦੀ ਉਹਨਾਂ ਲੋਕਾਂ ਨੂੰ ਪੂਰਨ ਤੌਰ 'ਤੇ ਮਿਲੀ ਆ ਜਿਨ੍ਹਾਂ ਨੇ ਦੇਸ਼ ਨੂੰ ਕੁੱਟਿਆ ਅਤੇ ਲੁੱਟਿਆ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਬਦਲੇ ਆਪਣੇ ਘਰ ਬਾਰ ਉਜਾੜੇ। 10 ਲੱਖ ਸਿੱਖ ਅਤੇ ਹੋਰ ਅਨੇਕਾਂ ਲੋਕ ਜਿਹੜੇ ਆ ਉਹਨਾਂ ਨੂੰ ਕੁਰਬਾਨੀ ਦੇਣੀ ਪਈ ਇਸ ਦੇਸ਼ ਦੀ ਆਜ਼ਾਦੀ ਵਾਸਤੇ, ਪਰ ਉਹਨਾਂ ਲੋਕਾਂ ਨੂੰ ਇਹਦਾ 1% ਵੀ ਲਾਭ ਨਹੀਂ ਹੋਇਆ। ਜਿਵੇਂ ਹਰ ਕਿਸਾਨ ਜਿਹੜਾ ਵਾ, ਹਰ ਮਜ਼ਦੂਰ ਜਿਹੜਾ ਵਾ ਇਸ ਵੇਲੇ ਸੜਕਾਂ 'ਤੇ ਆ, ਜਿਹੜੇ ਮਿਹਨਤ ਕਸ਼ ਲੋਕ ਆ ਉਹ ਸੜਕਾਂ 'ਤੇ ਆਏ ਆ, ਚਾਹੇ ਉਹ ਦੁਕਾਨਦਾਰ ਨੇ, ਚਾਹੇ ਉਹ ਮਜ਼ਦੂਰ ਨੇ, ਚਾਹੇ ਉਹ ਕਿਸਾਨ ਨੇ, ਉਹ ਵੀ ਸਰਕਾਰ ਨੂੰ ਟੈਕਸ ਦਿੰਦੇ ਆ।
ਪਰ ਉਹਨਾਂ ਨੂੰ ਕੋਈ ਰਿਆਤ ਸਰਕਾਰ ਵੱਲੋਂ ਨਹੀਂ ਦਿੱਤੀ ਜਾ ਰਹੀ। ਸਰਕਾਰ ਨੇ ਆਜ਼ਾਦੀ ਦਿਹਾੜਾ ਮਨਾਉਣ ਲੱਗਿਆਂ ਇਹ ਨਹੀਂ ਸੋਚਿਆ ਕਿ ਉਹਨਾਂ ਲੋਕਾਂ ਨੂੰ ਵੀ ਆਜ਼ਾਦੀ ਮਨਾਉਣ ਦਾ ਹੱਕ ਹੋਵੇ ਜਿਨ੍ਹਾਂ ਲੋਕਾਂ ਨੂੰ 1 ਰੁਪਈਏ ਦੀ ਦਵਾਈ 100 ਰੁਪਈਏ 'ਚ ਮਿਲ ਰਹੀ ਆ, ਉਹਨਾਂ ਦਾ ਹੱਕ ਖੋਇਆ ਜਾ ਰਿਹਾ, ਟੈਕਸ ਉਹ ਵੀ ਦੇ ਰਹੇ ਆ। 100 ਰੁਪਈਏ ਦੀ ਦਵਾਈ 10,000 ਰੁਪਏ ਜਾ ਰਹੀ ਆ। 999 ਰੁਪਏ ਦਾ ਟੀਕਾ ਜਿਹੜਾ ਬੰਦੇ ਨੂੰ ਅਟੈਕ ਹੁੰਦਾ ਉਹਦੀ ਐਂਜੀਓਗ੍ਰਾਫੀ ਕਰਨ ਲੱਗਾ ਲਾਉਂਦਾ, ਉਹ 11,000 ਰੁਪਏ ਦਿੱਤੀ ਜਾ ਰਹੀ ਆ। ਇਹ ਡਾਕਟਰਾਂ ਦੀ ਰਿਪੋਰਟ ਆ, ਡਾਕਟਰਾਂ ਨੇ ਇਹ ਰਸਾਲੇ ਕੱਢ ਕੇ ਸਾਨੂੰ ਸੂਚਿਤ ਕੀਤਾ, ਉਹ ਦੱਸਿਆ ਵਾ। ਸੋ ਇਸ ਕਰਕੇ ਸਾਡੀ ਗਰੀਬਾਂ ਦੀ, ਮਜ਼ਦੂਰਾਂ ਦੀ, ਕਿਸਾਨਾਂ ਦੀ ਕੋਈ ਆਜ਼ਾਦੀ ਨਹੀਂ ਗੀ। ਵਿਦਿਆਰਥੀ ਆਪਣੇ ਰੁਜ਼ਗਾਰ ਵਾਸਤੇ ਜਦੋਂ ਕਿਤੇ ਟੈਸਟ ਵਾਸਤੇ ਜਾਂ ਇੰਟਰਵਿਊ ਵਾਸਤੇ ਜਾਂਦੇ ਨੇ ਉਹਨਾਂ ਦੀਆਂ ਲੱਤਾਂ ਬਾਹਾਂ ਟੁੱਟ ਜਾਂਦੀਆਂ ਨੇ, ਇੱਥੋਂ ਤੱਕ ਵੀ ਉਹਨਾਂ ਨੂੰ ਆਪਣੀ ਜਾਨ ਵੀ ਗਵਾਉਣੀ ਪੈਂਦੀ ਆ। ਜਿਨ੍ਹਾਂ ਦੇ ਮਾਪੇ ਆਪਣੀ ਦਹਾਂ ਨਾਲ ਦੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਨੌਕਰੀ ਵਾਸਤੇ, ਟੈਸਟ ਵਾਸਤੇ ਜਾਂ ਇੰਟਰਵਿਊ ਵਾਸਤੇ ਘਲਾਉਂਦੇ ਆ, ਉਹ ਆਪਣੇ ਬੱਚਿਆਂ ਨੂੰ ਸਹੀ ਸਲਾਮਤ ਵੇਖਣਾ ਚਾਹੁੰਦੇ ਆ। ਪਰ ਆਜ਼ਾਦੀ ਹੁੰਦੀ ਜੇ ਵੇਖਦੇ, ਆਜ਼ਾਦੀ ਨਹੀਂ, ਆਜ਼ਾਦੀ ਕੇਵਲ ਉਹਨਾਂ ਲੋਕਾਂ ਵਾਸਤੇ ਆ ਜਿਹੜੇ 5 ਦਿਨ MLA ਰਹਿਣ, 5 ਦਿਨ MP ਰਹਿਣ, 5 ਦਿਨ ਰਾਜ ਸਭਾ ਦੇ ਮੈਂਬਰ ਰਹਿਣ ਔਰ ਮੋਟੀਆਂ ਮੋਟੀਆਂ ਉਹ ਪੈਨਸ਼ਨਾਂ ਲੈਣ। ਪਰ ਜਿਹੜਾ ਇਸ ਵੇਲੇ ਸਭ ਤੋਂ ਸੁਪਰੀਮ ਦੇਸ਼ ਦੀ ਰਾਖੀ ਕਰਨ ਵਾਲਾ ਫੌਜ ਦਾ ਜਵਾਨ ਆ, ਉਹਦੀ ਵੀ ਪੈਨਸ਼ਨ ਕੱਟਣ ਦੀਆਂ ਸਕੀਮਾਂ ਜਿਹੜੀਆਂ ਬਣੀਆਂ ਜਾ ਰਹੀਆਂ ਇਹ ਬਹੁਤ ਘਾਤਕ ਆ। ਜੋ ਸ਼ੰਭੂ ਬਾਰਡਰ ਤੇ ਸਾਡੇ ਕਿਸਾਨ ਵੀਰਾਂ ਨੇ ਪਹਿਲਾਂ ਜਾ ਕੇ ਉੱਥੇ ਸਾਡਾ ਵੀਰ ਸ਼ੁਭਕਰਨ ਸ਼ਹੀਦ ਹੋ ਜਾਂਦਾ, ਇਹ ਸਰਕਾਰ ਦੀਆਂ ਨੇ ਇਹਨਾਂ ਸਰਕਾਰੀ ਗੋਲੀਆਂ ਦੇ ਨਾਲ ਹੀ ਸ਼ਹੀਦ ਹੋਇਆ ਵਾ, ਕੀ ਕਸੂਰ ਸੀ ਵਿਚਾਰੇ ਦਾ? ਉਹਨਾਂ ਮੰਗਾਂ ਲੈ ਕੇ ਜਿਹੜੀ ਸਰਕਾਰ ਸਾਨੂੰ, ਮਤਲਬ ਜਿਹੜੇ ਸਾਡੇ ਹੱਕ ਨੇ, ਸਾਡੀ GST ਹੈ ਜੋ ਸਾਨੂੰ ਨਹੀਂ ਮਿਲਿਆ, ਉਹ ਮੰਗਾਂ ਨੂੰ ਆਪਾਂ ਮੁੱਖ ਰੱਖ ਕੇ ਅੱਜ ਸਾਡੀ, ਅਸੀਂ ਕਿੰਨੇ ਆਜ਼ਾਦੀ ਦਾ ਦਿਵਸ ਹੈ, ਸਾਡੀ ਕਾਹਦੀ ਆਜ਼ਾਦੀ ਹੈ? ਅਸੀਂ ਸਾਰੇ ਘਰਾਂ ਤੋਂ ਆਣ ਕੇ ਸੜਕਾਂ ਤੇ ਬੈਠੇ ਹਾਂ, ਜੇ ਸਾਨੂੰ ਆਜ਼ਾਦੀ ਹੋਵੇ ਆਪਾਂ ਸੜਕਾਂ ਤੇ ਨਾ ਆਣ ਕੇ ਬੈਠੀਏ, ਠੀਕ ਹੈ ਜੀ? ਜੇ ਸਾਡਾ ਕੋਈ ਆਜ਼ਾਦੀ ਦਿਵਸ ਨਹੀਂ ਆ, ਜੇ ਸਾਡੀਆਂ ਸਰਕਾਰ ਮੰਗਾਂ ਪੂਰੀਆਂ ਕਰ ਲੈਂਦੀ ਹੈ, ਸਾਡੀਆਂ ਮੰਗਾਂ ਨੂੰ ਮੰਗ ਲਿਆਉਂਦੀ ਹੈ, ਤੇ ਫਿਰ ਸਾਡਾ ਆਜ਼ਾਦੀ ਦਿਵਸ ਹੈ, ਉਦੋਂ ਸਾਡੀ ਕੋਈ ਆਜ਼ਾਦੀ ਨਹੀਂ। ਸਾਡੇ ਕਿਸਾਨ ਵੀਰ ਕਿੰਨੇ ਇੱਥੇ ਸ਼ੰਭੂ ਬਾਰਡਰ ਤੇ ਜਾ ਕੇ ਕੁਝ ਸ਼ਹੀਦ ਹੋ ਗਏ ਨੇ, ਕੁਝ ਫੜੇ ਹੋਏ, ਕਈਆਂ ਦੀਆਂ ਅੱਖਾਂ ਦੇ ਵਿੱਚ ਇਦਾਂ ਅਥਰੂ ਗੈਸ ਸੁੱਟੇ ਗਏ ਜਿਨ੍ਹਾਂ ਦੀਆਂ ਮਤਲਬ ਅੱਖਾਂ ਵੀ ਚਲਾ ਗਈਆਂ, ਠੀਕ ਹੈ? ਇਹ ਉਹਨਾਂ ਦਾ ਕੀ ਕਸੂਰ, ਕਾਹਦੀ ਸਾਡੀ ਆਜ਼ਾਦੀ ਹੈ ਭਾਈ? ਇਹ ਉਹਦੇ ਸੰਬੰਧ ਵਿੱਚ ਆਪਾਂ ਅੱਜ ਸਾਰੇ ਕਿਸਾਨ ਵੀਰ ਇਕੱਠੇ ਹੋ ਕੇ ਆਪਾਂ ਇੱਥੇ ਧਰਨਾ ਦੇ ਰਹੇ ਹਾਂ। ਦੋ ਤਾਂ ਤੁਹਾਨੂੰ ਸਾਡੇ ਚੈਨਲ ਤੇ ਆ ਰਹੀਆਂ ਖਬਰਾਂ ਕਿਵੇਂ ਦੀਆਂ ਲੱਗ ਰਹੀਆਂ ਨੇ, ਜੇਕਰ ਤੁਹਾਨੂੰ ਸਾਡੇ ਚੈਨਲ ਤੋਂ ਵਧੇਰੇ ਜਾਣਕਾਰੀ ਮਿਲਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ, ਨਾਲ ਦੀ ਨਾਲ ਇਹੋ ਜਿਹੀਆਂ ਖਬਰਾਂ ਨੂੰ ਅੱਗੇ ਵੀ ਤੋਰ ਦਿਆ ਕਰੋ, ਸ਼ੇਅਰ ਕਰਕੇ, ਲਾਈਕ ਕਰਕੇ, ਕਮੈਂਟ ਆਪਣਾ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਫੀਡਬੈਕ ਮਿਲਦਾ ਰਹੇ ਕਿ ਸਾਡੇ ਵੀਡੀਓ ਤੁਹਾਡੇ ਤੱਕ ਪਹੁੰਚਦੇ ਨੇ ਤੇ ਤੁਹਾਨੂੰ ਕਿਵੇਂ ਲੱਗਦੇ ਨੇ। ਧੰਨਵਾਦ, ਮਿਲਦੇ ਹਾਂ ਕਿਸੇ ਅਗਲੀ ਖਬਰ ਜਾਂ ਕਿਸੇ ਇਨਫੋਰਮੇਟਿਵ ਵੀਡੀਓ 'ਤੇ।